ਲਓ ਵੀ ਤੁਹਾਡੇ ਘਰ 'ਚ ਹੁਣ ਕੋਈ ਵੀ ਪੁਰਾਣਾ ਸਮਾਨ ਪਿਆ, ਭਾਵੇਂ ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨ, ਬੈੱਡ, ਸੋਫੇ, ਅਲਮਾਰੀਆਂ, ਡਾਇਨਿੰਗ ਟੇਬਲ, ਤਾਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਸਾਡੇ ਕੋਲ ਆਓ, ਪੁਰਾਣਾ ਸਮਾਨ ਲਿਆਓ ਅਤੇ ਨਵਾਂ ਸਮਾਨ ਲੈ ਕੇ ਜਾਓ। ਕੋਈ ਵੀ ਪੁਰਾਣਾ ਸਮਾਨ ਤੁਸੀਂ ਲੈ ਕੇ ਆਓ, 5000 ਰੁਪਏ 'ਚ ਕਟਾ ਕੇ ਨਵਾਂ ਸਮਾਨ ਲੈ ਕੇ ਜਾਓ। ਸੋਫਿਆਂ ਦੇ ਵਿੱਚ ਵੀ ਮਹਾਰਾਜਾ ਫਰਨੀਚਰ ਪੂਰਾ ਕਿੰਗ ਹੈਗਾ, ਆਹ ਤੁਸੀਂ ਚੈੱਕ ਕਰ ਲਓ, ਤੁਹਾਡਾ ਵੱਡਾ ਪਰਿਵਾਰ ਹੈਗਾ। ਲਗਜ਼ਰੀ ਸੋਫੇ ਲੈਣ ਤੁਸੀਂ ਇਹ ਵੀ ਲੈ ਕੇ ਜਾ ਸਕਦੇ ਹੋ। ਵੈਸੇ ਸਾਡੇ ਕੋਲ 5G ਸੋਫਾ 15000 ਰੁਪਏ ਤੋਂ ਸਟਾਰਟ ਆ, ਤੁਸੀਂ ਪੁਰਾਣਾ ਸੋਫਾ 5000 'ਚ ਕੱਟ ਕੇ 10000 'ਚ ਲੈ ਕੇ ਜਾ। ਬੈੱਡਾਂ ਦੇ ਵਿੱਚ ਵੀ ਦੇਖੋ ਤੁਸੀਂ ਵਾਈਟ ਐਂਡ ਬਰਾਊਨ ਕੋਂਬੀਨੇਸ਼ਨ ਲੈ ਰਹੇ ਹੋ, ਆਹ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ। ਇਹਦੇ ਅੰਦਰ ਵੀ ਦੇਖੋ ਬੜੀ ਸਫਾਈ ਆ, ਕਲਰ ਕੀਤੇ ਹੋਏ ਆ। ਸੋ ਆਹ ਵੀ ਤੁਸੀਂ ਬੈੱਡ ਚੈੱਕ ਕਰ ਲਓ, ਇਹਨਾਂ ਦੇ ਵਿੱਚ ਤੁਸੀਂ ਸੈਟੀਆਂ ਲੱਗੀਆਂ ਹੋਈਆਂ ਆ ਮੋਬਾਈਲ ਚਾਰਜਿੰਗ ਦੇ ਲਈ ਆ। ਸਰ ਮੈਂ ਇਹ ਦੇਖ ਰਿਹਾ ਫੰਕਸ਼ਨ ਬੜੇ ਦਿੱਤੇ ਆ ਤੁਸੀਂ ਬੈੱਡ। ਸੋਫਾ ਤਾਂ 15000 ਤੋਂ ਸ਼ੁਰੂ ਹੋ ਜਾਂਦਾ, ਬੈੱਡ ਕਿੰਨੇ ਤੋਂ ਸ਼ੁਰੂ ਹੋ ਜਾਂਦਾ? ਬੈੱਡ ਵੀ ਆਪਣੇ 15000 ਤੋਂ ਸ਼ੁਰੂ ਹੁੰਦਾ ਜੀ। ਉਹ ਵੀ 15000, 18000, 20000, 25000, ਜਿਹੋ ਜਿਹਾ ਮਰਜ਼ੀ ਬੈੱਡ ਤਿਆਰ ਕਰਾਓ ਜੀ, ਉਹ ਜਿਹੀ ਬਣ ਜੂਗਾ। ਕੀ ਆ ਬਾਜ਼ਾਰ 'ਚ ਜਾਂਦੇ ਆ 18000 ਦਾ ਕੂਲਰ ਆ, ਇੱਥੇ ਤੁਹਾਨੂੰ 13000 ਰੁਪਏ ਦਾ ਮਿਲਦਾ। ਪਰ ਜੇ ਤੁਸੀਂ ਪੁਰਾਣਾ ਕੂਲਰ ਲੈ ਕੇ ਆਉਂਦੇ ਹੋ ਉਹ ਵੀ 5000 'ਚ ਕੱਟ ਕੇ ਇਹ ਤੁਹਾਨੂੰ 8000 ਰੁਪਏ ਦਾ ਦੇ ਦੇਣਾ। 14000 ਰੁਪਏ ਦੀ 7 ਕਿਲੋ ਦੀ ਵਾਸ਼ਿੰਗ ਮਸ਼ੀਨ ਆ, ਲੋਇਡ ਦੀ ਆ। ਜੇ ਤੁਸੀਂ ਪੁਰਾਣੀ ਲੈ ਕੇ ਆਓਗੇ, ਪੁਰਾਣੀ ਵਾਸ਼ਿੰਗ ਮਸ਼ੀਨ ਜਿੱਦਾਂ ਦੀ ਹੈਗੀ ਚੱਕ ਲਿਓ ਤੁਸੀਂ, ਅਤੇ 9000 ਰੁਪਏ ਦੇ ਵਿੱਚ ਤੁਹਾਨੂੰ ਦੇਣੀ ਆ, ਪੁਰਾਣੀ ਰੱਖ ਲਾਂਗੇ। ਇਸੇ ਤਰ੍ਹਾਂ ਤੁਸੀਂ ਫਰਿੱਜਾਂ ਦੇ ਵਿੱਚ ਦੇਖੋ, BPL, ਵਰਲਪੂਲ, ਚਾਹੇ ਤੁਸੀਂ ਸਿੰਗਲ ਡੋਰ ਲੈਣਾ, ਤੁਸੀਂ ਡਬਲ ਡੋਰ ਲੈਣਾ, ਵੱਡੀ ਫਰਿੱਜ ਲੈਣੀ ਆ, ਛੋਟੀ ਫਰਿੱਜ ਲੈਣੀ ਆ, ਇਹਦੇ ਵਿੱਚ ਵੀ ਸਰ ਇਸੇ ਜੀ ਪੁਰਾਣੀ 5000 ਦੀ ਕਰ ਦਾਂਗੇ। ਸਾਡੇ ਕੋਲ ਮਾਡਰਨ ਸੋਫੇ ਵੀ ਹੈਗੇ ਆ, ਸਾਡੇ ਕੋਲ ਕਲਾਸਿਕ ਸੋਫੇ ਵੀ ਆ। ਅੱਜ ਕੱਲ੍ਹ ਦੀ ਜਿਹੜੀ ਚੁਆਇਸ ਹੈਗੀ ਆ ਲੋਕਾਂ ਦੀ, ਤੁਸੀਂ ਫਿਲਮਾਂ 'ਚ ਦੇਖਦੇ ਹੋ, ਤੁਸੀਂ ਏਅਰਪੋਰਟ ਦੇ ਉੱਤੇ ਦੇਖਦੇ ਹੋ, ਤੁਸੀਂ ਇੰਸਟਾਗ੍ਰਾਮ 'ਤੇ ਸੋਫੇ ਦੇਖਦੇ ਹੋ ਨਵੇਂ ਨਵੇਂ ਡਿਜ਼ਾਈਨ, ਸੇਮ ਉਹ ਕਨਸੈਪਟ ਸਾਨੂੰ ਮਹਾਰਾਜਾ ਫਰਨੀਚਰ ਸਟੋਰ ਤੋਂ ਮਿਲਣੇ ਆ। ਅਤੇ ਆ ਤੁਸੀਂ ਸੋਫਾ ਚੈੱਕ ਕਰ ਲਓ, ਜਿਹੜਾ ਬਾਜ਼ਾਰ ਦੇ ਵਿੱਚ 65000-70000 ਰੁਪਏ ਤੋਂ ਘੱਟ ਕੋਈ ਨਹੀਂ ਹੁੰਦਾ। ਇੱਥੇ ਲਾ ਦੀ ਸੁਪਰ ਐਕਸਕਲੂਸਿਵ ਸੇਲ, ਜਿਹੜਾ ਬਾਜ਼ਾਰ 'ਚ 65-66000 ਦਾ ਸੋਫਾ ਅਸੀਂ ਤੁਹਾਨੂੰ ਦੇਵਾਂਗੇ 38000 ਰੁਪਏ ਦੇ ਵਿੱਚ। ਫੋਟੋ ਖਿੱਚ ਲਓ, ਵੀਡੀਓ ਬਣਾ ਲਓ, ਬਾਜ਼ਾਰ ਦੇ ਵਿੱਚ ਜਾ ਕੇ ਪਤਾ ਕਰ ਲਓ ਇਸ ਸੋਫੇ ਦੀ ਕੀਮਤ ਹੈਗੀ 1,35,000। ਪਰ ਅੱਜ ਦੀ ਵੀਡੀਓ ਦੇਖ ਕੇ ਜਿਹੜਾ ਹੁਣੇ ਆਰਡਰ ਕਰ ਦੂਗਾ, ਸਰ ਫਾਇਦਾ ਕਰ ਦਿਓ, ਕਿੰਨਾ ਫਾਇਦਾ ਕਰ ਦਿਓ? 45000 ਰੁਪਏ ਦਾ ਹੋਈ, 45000 ਰੁਪਏ ਦਾ ਸੋਫਾ, 45000 ਰੁਪਏ ਤੋਂ। ਸਰ ਅਸਲ ਲੁੱਟ ਇਸ ਸੋਫੇ ਦੇ ਵਿੱਚ ਹੁੰਦੀ ਆ, ਪਰ ਇਹਦਾ ਮੈਨੂੰ ਥੋੜ੍ਹਾ ਦੱਸੋ ਵੀ ਬਾਜ਼ਾਰ ਨਾਲੋਂ ਕਿੰਨਾ ਕੁ ਗੈਪ ਕਰਦੇ ਨੇ? ਇਹਦੇ ਵਿੱਚੋਂ ਐਂ ਜੀ, ਆਮ ਤੇ ਸੋਫਾ 2.5 ਲੱਖ ਰੁਪਏ ਦਾ ਵਿਕਦਾ। ਹਾਂਜੀ, ਆਪਾਂ ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ, ਪੇਜ ਨੂੰ ਕਮੈਂਟ ਕਰਕੇ ਆਊਗਾ ਜੀ, ਉਹਨੂੰ ਆਪਾਂ 2.5 ਲੱਖ ਦੇ ਦੇਦਾ, ਸਿਰਫ 1 ਲੱਖ ਰੁਪਏ ਦੇ, ਸਿਰਫ 1 ਲੱਖ ਰੁਪਏ ਦੇਦਾ। ਆਹ ਹੁਣ ਤੁਸੀਂ ਦੇਖੋ 1.5 ਲੱਖ ਰੁਪਇਆ ਬਾਜ਼ਾਰ ਨਾਲੋਂ ਸਸਤਾ ਸੋਫਾ। ਜਾਂ ਦੇਖ ਲਓ ਸਾਰਾ ਸਮਾਨ ਇੱਥੇ ਮੈਨੂਫੈਕਚਰਿੰਗ ਹੋ ਰਹੀ ਆ। ਆਹ ਤੁਸੀਂ ਚੈੱਕ ਕਰੋ, ਸੋਫੇ ਦਾ ਕੱਪੜਾ ਹੈਗਾ, ਇਹ ਬੈੱਡ ਦਾ ਕੱਪੜਾ ਵੀ ਆ, ਹਰ ਕੱਪੜਾ ਕੁੱਪੜਾ ਇੱਥੇ ਲਿਆ ਕੇ ਰੱਖਿਆ ਹੋਇਆ ਆ। ਉੱਧਰ ਦੇਖੋ ਤੁਸੀਂ ਸਾਰੇ ਕਾਰੀਗਰ ਲੱਗੇ ਹੋਏ ਆ, ਇਹ ਆਪਣੇ ਕਾਰੀਗਰ ਨੇ ਜੀ, ਮਾਸਟਰ ਮੇਨ ਜੇ ਜਿਹੜੇ ਮੇਨ ਡੀਲ ਕਰਦੇ ਨੇਗੇ। ਤੁਸੀਂ ਦੇਖ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਕਹੀ ਹੈ ਕਿ ਸੇਮ ਉਹੀ ਚੀਜ਼ ਨਿਕਲੂਗੀ। ਸਾਡੇ ਕੋਲ ਪੈਕਿੰਗ ਦੇ ਕੇ ਸਾਰੀ ਫੋਮ ਹੋ, ਹਾਂਜੀ, ਸਪਰਿੰਗ ਵੀ, ਜਿਗ ਜਿਗ ਕੰਪਨੀ ਦਾ ਸਪਰਿੰਗ ਹੈਗਾ, ਨਮਾਰ ਪਾ ਕੇ ਐਨ ਪੂਰਾ ਵਧੀਆ ਏ ਕਲਾਸ ਚੀਜ਼ ਬਣਾ ਕੇ ਦਿੰਦੇ ਹਾਂ ਜੀ। ਮੈਨੇ ਕਈ ਕੰਪਨੀਓਂ ਮੇਂ ਕਾਮ ਕੀਆ, ਫੈਕਟਰੀ ਮੇਂ ਵਹਾਂ ਹੈ, ਲੋ ਕੁਆਲਿਟੀ ਮੇਂ ਲਗਤੇ ਫਾਰਮ ਹੈ, 32 ਡੈਂਸੀ ਗੱਦੀ ਲੱਗ ਜਾਤੀ, ਯਹਾਂ 40 ਡੈਂਸੀ ਕੀ ਗੱਦੀ ਲੱਗਤੀ ਹੈ, ਔਰ ਬੜੀਆ ਸੇ ਫਾਰਮ ਲੱਗਤੇ ਹੈ, ਯਹਾਂ ਸਾਰਾ ਕੁਛ ਕੁਆਲਿਟੀ ਵਾਲਾ ਲੱਗਤਾ ਹੈ। ਲਓ ਜੀ, ਭਾਵੇਂ ਤੁਸੀਂ ਆਪਣਾ ਨਵਾਂ ਘਰ ਬਣਾ ਲਿਆ, ਤੁਹਾਨੂੰ ਆਪਣੇ ਲਈ ਸਮਾਨ ਚਾਹੀਦਾ, ਚਾਹੇ ਤੁਸੀਂ ਕਿਸੇ ਧੀ ਧਿਆਣੇ ਨੂੰ ਗਿਫਟ ਦੇਣਾ ਚਾਹੁੰਦੇ ਹੋ, ਚਾਹੇ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਗਿਫਟ ਦੇਣਾ ਚਾਹੁੰਦੇ ਹੋ, ਆਹ ਸਮਾਨ ਤੁਸੀਂ ਚੈੱਕ ਕਰ ਲਓ। ਬੈੱਡ, ਬੈੱਡ ਦੇ ਨਾਲ ਗੱਦੇ, ਸੋਫਾ, ਟੇਬਲ, ਪੱਬੀਆਂ, ਅਲਮਾਰੀ ਦੇਖੋ ਵਧੀਆ ਕੁਆਲਿਟੀ ਨਾਲ, ਨਾ ਸਾਨੂੰ ਅਸੀਂ ਪ੍ਰੈਸ ਟੇਬਲ ਦੇ ਰਹੇ ਹਾਂ, ਜਿਹੜੀ ਬਾਜ਼ਾਰ ਦੇ ਵਿੱਚ ਕੀਮਤ ਹੈਗੀ ਆ 90-95000। ਪਰ ਪੰਜਾਬ ਦੇ ਸਭ ਤੋਂ ਵੱਡੇ ਫਰਨੀਚਰ ਹਾਊਸ ਮਹਾਰਾਜਾ ਫਰਨੀਚਰ ਹਾਊਸ ਰਾਏਕੋਟ ਨੇ ਇਹਦਾ ਰੇਟ ਕੱਢਦਾ ਸਿਰਫ 46000 ਰੁਪਇਆ। 46000 ਰੁਪਏ ਦਾ ਸਮਾਨ ਆ, ਇਕੱਠੇ ਪੈਸੇ ਤੁਹਾਡੇ ਕੋਲ ਹੈ ਨਹੀਂ,
ਸਮਾਨ ਤੁਸੀਂ ਲੈਣਾ ਚਾਹੁੰਦੇ ਹੋ, ਤੁਸੀਂ 2-2 ਹਜ਼ਾਰ 5-5 ਹਜ਼ਾਰ ਰੁਪਇਆ ਇਕੱਠਾ ਕਰਕੇ 5-6 ਮਹੀਨਿਆਂ 'ਚ ਪੈਸੇ ਪੂਰੇ ਕਰ ਲਓ ਅਤੇ ਸਮਾਨ ਆਪਣੇ ਘਰ ਲੈ ਜਾਓ। ਸਭ ਤੋਂ ਪਹਿਲਾਂ ਤੁਸੀਂ ਦੇਖੋ ਬਹੁਤ ਲਗਜ਼ਰੀ ਬੈੱਡ, ਬੈੱਡ ਦੇ ਨਾਲ ਤੁਸੀਂ ਗੱਦੇ ਦੇਖ ਲਓ, ਗੱਦਿਆਂ ਦੇ ਨਾਲ ਸਾਨੂੰ ਅਸੀਂ ਅਲਮਾਰੀ ਦੇਵਾਂਗੇ, ਅਲਮਾਰੀ ਦੇ ਨਾਲ ਤੁਸੀਂ ਆ ਸੋਫਾ ਚੈੱਕ ਕਰ ਲਓ, ਸੋਫੇ ਦੇ ਨਾਲ ਟੇਬਲ, ਅਤੇ ਜਿਹੜਾ ਸਾਡੀ ਵੀਡੀਓ ਸ਼ੇਅਰ ਕਰੂਗਾ ਉਹਨੂੰ ਡਰੈਸਿੰਗ ਟੇਬਲ। ਮਤਲਬ ਇਹ ਸਾਰੀਆਂ 6 ਚੀਜ਼ਾਂ ਬਾਜ਼ਾਰ ਦੀ ਕੀਮਤ 1,25,000 ਸਾਡੇ ਕੋਲੋਂ 70,000 ਰੁਪਏ 'ਚ ਲੈ ਜਾਓ। ਜਿਹੜਾ ਹੁਣੇ ਬੁਕਿੰਗ ਕਰੂਗਾ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਵੀ ਫ੍ਰੀ ਹੈਗੀ ਆ। ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੇ ਸਭ ਤੋਂ ਵੱਡੇ ਮਹਾਰਾਜਾ ਫਰਨੀਚਰ ਐਂਡ ਇਲੈਕਟ੍ਰੋਨਿਕ ਸਟੋਰ ਰਾਏਕੋਟ, ਜਿਹੜਾ ਕਿ ਇਸ ਵੇਲੇ ਪੰਜਾਬ ਦਾ 4 ਮੰਜ਼ਿਲਾ ਸਟੋਰ ਹੈਗਾ, ਜਿੱਥੇ ਸਾਰਾ ਸਮਾਨ ਤੁਹਾਨੂੰ ਸੂਈ ਤੋਂ ਲੈ ਕੇ ਜਹਾਜ਼ ਤੱਕ ਮਿਲ ਜਾਂਦਾ। ਵੱਡੀ ਗੱਲ ਇਹ ਆ ਵੀ ਰੇਟ ਇੰਨੇ ਜ਼ਿਆਦਾ ਘੱਟ ਆ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ। ਤੁਹਾਨੂੰ ਇੱਕ ਹੋਰ ਸਮੱਸਿਆ ਜ਼ਰੂਰ ਆਉਂਦੀ ਆ ਵੀ ਸਾਡੇ ਘਰ ਪੁਰਾਣਾ ਸਮਾਨ ਪਿਆ, ਨਵਾਂ ਸਮਾਨ ਤਾਂ ਅਸੀਂ ਲੈਣਾ, ਪੁਰਾਣੇ ਸਮਾਨ ਦਾ ਅਸੀਂ ਕੀ ਕਰਾਂਗੇ। ਹੁਣ ਬਲਰਾਜ ਸਿੰਘ ਜੀ ਸਾਡੇ ਨਾਲ ਹੈਗੇ ਆ, ਸਰ ਮੈਨੂੰ ਇਹ ਦੱਸੋ ਰੇਟ ਸਾਡਾ ਬਹੁਤ ਘੱਟ ਆ, ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈਗੀ ਆ, ਪਰ ਲੋਕਾਂ ਦੇ ਮਨ 'ਤੇ ਟੈਂਸ਼ਨ ਹੁੰਦੀ ਆ ਵੀ ਕੂਲਰ ਤਾਂ ਆਹ ਨਵਾਂ ਅਸੀਂ ਲੈ ਲਾਂਗੇ ਪਰ ਪੁਰਾਣੇ ਕੂਲਰ ਦਾ ਅਸੀਂ ਹੁਣ ਕੀ ਕਰੀਏ, ਪੁਰਾਣੀ ਫਰਿੱਜ ਦਾ ਕੀ ਕਰੀਏ, ਪੁਰਾਣੀ ਵਾਸ਼ਿੰਗ ਮਸ਼ੀਨ ਜਾਂ ਬੈੱਡ ਸੋਫੇ ਦਾ ਕੀ ਕਰੀਏ, ਕੋਈ ਇਹ ਵੀ ਹੱਲ ਕੀਤਾ ਲੋਕਾਂ ਦਾ ਤੁਸੀਂ? ਹਾਂਜੀ ਹਾਂਜੀ ਹਾਂਜੀ, ਜਿਵੇਂ ਪੁਰਾਣਾ ਫਰਿੱਜ, ਪੁਰਾਣੀ ਮਸ਼ੀਨ, ਪੁਰਾਣਾ ਕੂਲਰ ਆਪਾਂ 5-5 ਹਜ਼ਾਰ ਦਾ ਕੱਢ ਦਾਂਗੇ। ਅੱਛਾ, ਪੁਰਾਣਾ ਸਮਾਨ ਲਿਆਓ, ਨਵਾਂ ਲੈ ਜਾਓ ਜੀ। ਜੀ ਹਾਂਜੀ, ਮੈਂ ਆਪਣਾ ਕੂਲਰ ਹੈ 13,000 ਰੁਪਏ ਦਾ ਕੂਲਰ, ਥਾਰ ਕੂਲਰ ਜੀ। ਜੀ ਜੇ ਤੁਸੀਂ ਆਮ ਬਾਜ਼ਾਰ ਚਲਣਾ 17-18 ਹਜ਼ਾਰ ਦਾ ਕੂਲਰ ਹੈ, ਆਪਣਾ ਰੇਟ 13,000 ਰੁਪਏ 'ਚੋਂ 5,000 ਦਾ ਪੁਰਾਣਾ ਕੱਢ ਦਾਂਗੇ। ਦੇਖੋ ਸਭ ਤੋਂ ਪਹਿਲਾਂ ਵੱਡਾ ਫਾਇਦਾ ਕੀ ਆ, ਬਾਜ਼ਾਰ 'ਚ ਜਾਂਦੇ ਹਾਂ 18,000 ਦਾ ਕੂਲਰ ਆ, ਇੱਥੇ ਤੁਹਾਨੂੰ 13,000 ਰੁਪਏ ਦਾ ਮਿਲਦਾ, ਪਰ ਜੇ ਤੁਸੀਂ ਪੁਰਾਣਾ ਕੂਲਰ ਲੈ ਕੇ ਆਉਂਦੇ ਹੋ ਉਹ ਵੀ 5,000 'ਚ ਕੱਟ ਕੇ ਇਹ ਤੁਹਾਨੂੰ 8,000 ਰੁਪਏ ਦਾ ਦੇ ਦੇਣਾ। ਆਹ ਵੀ ਤੁਸੀਂ ਚੈੱਕ ਕਰ ਲਓ, 14,000 ਰੁਪਏ ਦੀ 7 ਕਿਲੋ ਦੀ ਵਾਸ਼ਿੰਗ ਮਸ਼ੀਨ ਆ, ਲੋਇਡ ਦੀ ਆ। ਜੇ ਤੁਸੀਂ ਪੁਰਾਣੀ ਲੈ ਕੇ ਆਓਗੇ, ਪੁਰਾਣੀ ਵਾਸ਼ਿੰਗ ਮਸ਼ੀਨ ਜਿੱਦਾਂ ਦੀ ਹੈਗੀ ਚੱਕ ਲਿਓ ਤੁਸੀਂ, ਅਤੇ 9,000 ਰੁਪਏ ਦੇ ਵਿੱਚ ਤੁਹਾਨੂੰ ਦੇ ਦੇਣੀ ਆ, ਪੁਰਾਣੀ ਰੱਖ ਲਾਂਗੇ। ਇਸੇ ਤਰ੍ਹਾਂ ਤੁਸੀਂ ਫਰਿੱਜਾਂ ਦੇ ਵਿੱਚ ਦੇਖੋ, BPL, ਵਰਲਪੂਲ, ਚਾਹੇ ਤੁਸੀਂ ਸਿੰਗਲ ਡੋਰ ਲੈਣਾ, ਤੁਸੀਂ ਡਬਲ ਡੋਰ ਲੈਣਾ, ਵੱਡੀ ਫਰਿੱਜ ਲੈਣੀ ਆ, ਛੋਟੀ ਫਰਿੱਜ ਲੈਣੀ ਆ, ਇਹਦੇ ਵਿੱਚ ਵੀ ਸਰ ਇਸੇ ਜੀ ਪੁਰਾਣੀ 5,000 ਦੀ ਕਰ ਦਾਂਗੇ। ਤਾਂ ਤੁਸੀਂ ਆਪਣੇ ਘਰ ਦੀ ਜਿਹੜੀ ਮਰਜ਼ੀ ਛੋਟੀ ਜਾਂ ਵੱਡੀ ਫਰਿੱਜ ਲੈ ਕੇ ਆ ਜਾਓ, ਪੁਰਾਣੀ ਫਰਿੱਜ ਕੱਟ ਕੇ ਨਵੀਂ ਫਰਿੱਜ ਦੇ ਦਿਆਂਗੇ, 5,000 ਰੁਪਏ ਦੇ ਵਿੱਚ ਤੁਹਾਡਾ ਪੁਰਾਣਾ ਸਮਾਨ ਆਪਾਂ ਰੱਖ ਲੈਣਾ ਹੈਗਾ। ਇਲੈਕਟ੍ਰੋਨਿਕ ਨਾਲ ਨਾਲ ਤੁਸੀਂ ਇਹ ਫਰਨੀਚਰ ਦੇ ਵਿੱਚ ਵੀ ਦੇਖੋ, ਸਾਡੇ ਕੋਲ ਬਹੁਤ ਸਾਰੀਆਂ ਵਰਾਇਟੀਆਂ। ਆਹ ਦੇਖੋ ਅਲਮਾਰੀ ਦੇ ਵਿੱਚ ਤੁਸੀਂ ਡਬਲ ਡੋਰ ਲੈਣੀ ਆ, ਤੁਸੀਂ 3 ਡੋਰ ਲੈਣੀ ਆ, ਹਰ ਇੱਕ ਤਰ੍ਹਾਂ ਦਾ ਰੰਗ ਮਿਲ ਜਾਂਦਾ, ਹਰ ਇੱਕ ਤਰ੍ਹਾਂ ਦਾ ਸ਼ੇਡ ਮਿਲ ਜਾਂਦਾ, ਅਲਮਾਰੀ ਦੇ ਨਾਲ ਨਾਲ ਡਰੈਸਿੰਗ ਟੇਬਲ ਮਿਲ ਜਾਂਦੀ। ਆਹ ਦੇਖੋ ਤੁਸੀਂ ਨਾ, ਇਸ ਦੇ ਨਾਲ LED ਪੈਨਲ ਵੀ ਮਿਲ ਜਾਂਦਾ। ਸਰ ਮੈਨੂੰ ਦੱਸੋ ਅਲਮਾਰੀ ਕਿੱਥੋਂ ਸ਼ੁਰੂ ਹੋ ਅਤੇ ਅਲਮਾਰੀ ਦੇ ਵਿੱਚ ਕੀ ਆਫਰ ਚੱਲਦੀ ਆ? ਅਲਮਾਰੀ ਆਪਣੇ ਕੋਲ ਜੀ 12,000 ਰੁਪਏ ਤੋਂ ਸ਼ੁਰੂ ਹੋਏਗੀ। ਜੀ ਜਿਹੋ ਜਿਹੀ ਮਰਜ਼ੀ ਲੈ ਲਓ, 12, 13, 15, 18 ਜਿਹੋ ਜਿਹੀ ਮਰਜ਼ੀ ਲੈ ਲਓ, ਜੋ 5,000 ਦੀ ਪੁਰਾਣੀ ਅਲਮਾਰੀ ਕੱਢ ਦਾਂਗੇ। ਮਤਲਬ 7,000 ਰੁਪਏ ਦੀ ਰਹਿ ਗਈ ਆ, 7,000 ਰੁਪਏ ਰਹਿ ਗਈ, 12,000 ਰੁਪਏ ਦੀ ਆਹ ਅਲਮਾਰੀ ਹੈਗੀ ਆ। ਤੁਸੀਂ ਪੁਰਾਣੀ ਅਲਮਾਰੀ ਜਿਹੜੀ ਮਰਜ਼ੀ ਚੱਕ ਲਿਓ, 5,000 ਰੁਪਏ ਦੀ ਕੱਟਾਂਗੇ, ਸਿਰਫ 7,000 ਰੁਪਏ ਦੀ, 7,000 ਰੁਪਏ ਦੀ ਅਲਮਾਰੀ ਤੁਹਾਨੂੰ ਦੇਣੀ ਆ। ਪੂਰਾ ਪੰਜਾਬ ਘੁੰਮ ਲਿਓ, ਇਹ ਰੇਟ ਤੁਹਾਨੂੰ ਨਹੀਂ ਮਿਲਣਾ। LED ਪੈਨਲ ਭਾਵੇਂ ਤੁਸੀਂ ਘਰ ਦੇ ਵਿੱਚ ਮਿਸਤਰੀ ਲਾ ਲਿਓ, ਜਿੱਦਾਂ ਦਾ ਮਰਜ਼ੀ ਸਮਾਨ ਲਾ ਲਿਓ, ਚੈਲੰਜ ਕਰਦੇ ਆ ਵੀ ਤੁਹਾਨੂੰ ਜੋ ਪ੍ਰਾਈਸ ਮਹਾਰਾਜਾ ਫਰਨੀਚਰ ਨੇ ਦੇਣਾ ਇਹ ਰੇਟ ਘਰ ਨਹੀਂ ਮਿਲਣਾ ਤੁਹਾਨੂੰ। ਜਿਹੜਾ LED ਪੈਨਲ ਬਣਿਆ ਆਪਣਾ ਸਾਰਾ 19 ਮਿਲੀਅਨ ਦੇ ਵਿੱਚ ਬਣਿਆ ਹੈ ਜੀ। ਠੀਕ ਹੈ ਜੀ, ਸਾਰੇ ਵਧੀਆ ਸਸਤੀ ਲੱਗੀ ਹੈ, ਕੁੰਡੇ ਖੱਬਦੇ ਸਾਰੇ ਐਨ ਟੋਪੋ ਟੋਪ ਦੇ ਲੱਗੇ ਹੋਣੇ, ਸਾਰੀ ਚੀਜ਼ ਏ ਕਲਾਸ ਚੀਜ਼ ਬਣੀ ਹੋਈ ਹੈ ਜੀ। ਜੀ ਆਪਣਾ ਇਹਦਾ ਰੇਟ ਹੈਗਾ 15,000 ਰੁਪਇਆ ਜੀ। 5,000 ਰੁਪਏ ਤੁਸੀਂ ਇਹਦੇ ਕੋਈ ਅਲਮਾਰੀ ਕਟਾ ਲਓ, ਕੋਈ ਫਰਿੱਜ ਕਟਾ ਲਓ, ਕੋਈ ਕੂਲਰ ਕਟਾ ਲਓ, ਜਿਹੜੀ ਚੀਜ਼ ਮਰਜ਼ੀ ਕਟਾ ਲਓ ਉਹ ਕਰ ਦਾਂਗੇ। ਜ਼ਰੂਰੀ ਨਹੀਂ ਵੀ LED ਪੈਨਲ ਹੀ ਚਾਹੀਦਾ ਆ, ਇਹ ਜ਼ਰੂਰੀ ਨਹੀਂ, ਜਿਹੜੀ ਮਰਜ਼ੀ ਚੀਜ਼ ਕਟਾ ਲਓ, 5,000 ਦੀ ਇੱਕ ਚੀਜ਼ ਕੱਢ ਦਾਂਗੇ। ਫਾਇਦਾ ਆ ਤੁਹਾਡੇ ਘਰ ਜਿਹੜੀ ਮਰਜ਼ੀ ਫਾਲਤੂ ਚੀਜ਼ ਪਈ ਆ, TV ਲਿਆਓ, ਫਰਿੱਜ ਲਿਆਓ, ਤੇ ਜਿਹੜਾ ਮਰਜ਼ੀ ਸਮਾਨ ਇੱਥੋਂ ਲੈ ਜਾਓ, 5,000 ਚ ਕੱਟਾਂਗੇ ਪੁਰਾਣਾ ਸਮਾਨ। ਇੱਕ ਕਦਮ ਕੱਟੀ ਜਾਊਗੀ ਜੀ, ਇੱਕ ਮਗਰ ਇਹ ਕੱਟ ਕੇ 5,000 ਚ ਕੱਟ ਕੇ ਨਵਾਂ ਦੇ ਦਿਆਂਗੇ। ਤੁਸੀਂ ਰੰਗ ਦੇਖੋ ਅਲਮਾਰੀ ਦੇ ਕਿੰਨੇ ਰੰਗ ਪੈਣ ਆਪਣੇ ਕੋਲ, ਲੋਹੇ ਦੀ ਅਲਮਾਰੀ ਮਿਲ ਜੂ ਜੀ, ਮੈਂ ਇਸ ਤਰ੍ਹਾਂ ਦੀ ਲੋਹੇ ਦੀਆਂ ਅਲਮਾਰੀਆਂ ਦੀ ਵਰਾਇਟੀ ਬਹੁਤ ਹੈ ਜੀ ਅੱਜ ਕੱਲ੍ਹ ਚੱਲਦੀਆਂ ਨੇਗੀਆਂ, ਤੇ UV ਅਲਮਾਰੀਆਂ ਮਿਲ ਜਾਣਗੀਆਂ ਜੀ, ਅਲਮਾਰੀਆਂ ਦੀ ਡਿਜ਼ਾਈਨਿੰਗ ਬਹੁਤ ਹੈ ਜੀ। ਸੋਫਿਆਂ ਦੇ ਵਿੱਚ ਵੀ ਮਹਾਰਾਜਾ ਫਰਨੀਚਰ ਪੂਰਾ ਕਿੰਗ ਹੈਗਾ, ਆਹ ਤੁਸੀਂ ਚੈੱਕ ਕਰ ਲਓ, ਤੁਹਾਡਾ ਵੱਡਾ ਪਰਿਵਾਰ ਹੈਗਾ, ਲਗਜ਼ਰੀ ਸੋਫੇ ਲੈਣ ਤੁਸੀਂ ਇਹ ਵੀ ਲੈ ਕੇ ਜਾ ਸਕਦੇ ਆ। ਵੈਸੇ ਸਾਡੇ ਕੋਲ 5 ਸੀਟਰ ਸੋਫਾ
15,000 ਰੁਪਏ ਤੋਂ ਸਟਾਰਟ ਆ, ਤੁਸੀਂ ਪੁਰਾਣਾ ਸੋਫਾ 5,000 ਚ ਕੱਟ ਕੇ 10,000 ਚ ਲੈ ਕੇ ਜਾ ਸਕਦੇ। ਜੇ ਤੁਸੀਂ ਇੱਦਾਂ ਦੇ ਰੋਇਲ ਲੈ ਕੇ ਜਾਣੇ ਇਹ ਵੀ ਲੈ ਜਾਓ। ਸਰ ਮੈਂ ਹੈਰਾਨ ਆ ਬਈ ਆਮ ਸਟੋਰਾਂ ਦੇ ਉੱਤੇ ਇੰਨੀ ਕੁਆਲਿਟੀ ਜਾਂ ਇੰਨੀ ਸਫਾਈ ਨਹੀਂ ਦੇਖੀ ਦੀ। ਡਿਜ਼ਾਈਨ ਤਾਂ ਕਾਪੀ ਹੋ ਜਾਂਦਾ ਪਰ ਇੰਨਾ ਸਫਾਈ ਦਾ ਕੱਪੜਾ ਜਾਂ ਕਾਰੀਗਰ ਹੀ ਨਹੀਂ ਤੇਰੀ ਦੇਖੀ। ਆਪਣੇ ਕੋਲ ਪਤਾ ਕੀ 64 ਮੰਜ਼ਲ ਦੇ ਸੋਫੇ ਆਪਦੇ ਬਣਦੇ ਨੇ, ਤੁਹਾਨੂੰ ਦਿਖਾਉਣੇ ਬਣਦੇ ਜੀ। ਆਪਣੇ ਕੋਲ ਜਿਹੜੇ ਸਾਰੇ ਮੁਸਲਮਾਨ ਕਾਰੀਗਰ ਨੇਗੇ, ਪੂਰੇ ਟੌਪ ਦੇ ਕਾਰੀਗਰ ਨੇਗੇ, ਇਹ ਸਾਰਾ ਕੰਮ ਜਿਹੜਾ ਕਰਦੇ ਨੇਗੇ ਪੂਰਾ ਇਹਨਾਂ ਸ਼ੌਂਕ ਨਾਲ ਕਰਾਉਣੇ ਆ। ਅੱਛਾ, ਤੁਸੀਂ ਖਰੀਦਦੇ ਨਹੀਂ ਆ ਕਿ ਸਾਰਾ ਆਪ ਬਣਾ ਰਹੇ ਹੋ? ਆਪਦਾ ਬੰਦ ਆਪਣਾ 64 ਮੰਜ਼ਲ ਦੇ, ਆਪਾਂ ਤੀਜੇ ਫਲੋਰ ਤੇ ਖੜੇ, ਦੋਆ ਪੇ ਚੌਥੇ ਚੱਲਾਂਗੇ। ਤੁਸੀਂ ਇਹ ਵੀ ਚੈੱਕ ਕਰੋ ਵੀ ਇਸ ਛੱਤ ਦੇ ਮਤਲਬ ਫੈਕਟਰੀ ਆ ਕਿਸਮ ਦੀ, ਇੱਥੇ ਸੋਫੇ ਬਣ ਰਹੇ ਆ, ਇੱਥੋਂ ਦੇ ਰਹੇ ਹਾਂ, ਇੱਦਾਂ ਦੇ ਡਿਜ਼ਾਈਨ ਤੁਹਾਨੂੰ ਅਸੀਂ ਦੇ ਦਿੰਦੇ ਹਾਂ। ਸਾਡੇ ਕੋਲ ਮਾਡਰਨ ਸੋਫੇ ਵੀ ਹੈਗੇ ਆ, ਸਾਡੇ ਕੋਲ ਕਲਾਸਿਕ ਸੋਫੇ ਵੀ ਆ। ਅੱਜ ਕੱਲ੍ਹ ਦੀ ਜਿਹੜੀ ਚੁਆਇਸ ਹੈਗੀ ਆ ਲੋਕਾਂ ਦੀ, ਤੁਸੀਂ ਫਿਲਮਾਂ 'ਚ ਦੇਖਦੇ ਹੋ, ਤੁਸੀਂ ਏਅਰਪੋਰਟ ਦੇ ਉੱਤੇ ਦੇਖਦੇ ਹੋ, ਤੁਸੀਂ ਇੰਸਟਾਗ੍ਰਾਮ 'ਤੇ ਸੋਫੇ ਦੇਖਦੇ ਹੋ ਨਵੇਂ ਨਵੇਂ ਡਿਜ਼ਾਈਨ, ਸੇਮ ਉਹ ਕੰਸੈਪਟ ਸਾਨੂੰ ਮਹਾਰਾਜਾ ਫਰਨੀਚਰ ਸਟੋਰ ਤੋਂ ਮਿਲਣੇ ਆ। ਇੱਕ ਮੈਂ ਉਹ ਜ਼ਰੂਰ ਸੋਫੇ ਦਿਖਾਉਣਾ ਚਾਹੁੰਦਾ, ਮਹਾਰਾਜਾ ਸਟਾਈਲ ਜਿਹਨੂੰ ਕਲਾਸਿਕ ਸੋਫੇ ਕਹਿੰਦੇ ਆ, ਬਾਜ਼ਾਰ 'ਚ ਜਾਂਦੇ ਹਾਂ। ਇਹਨਾਂ ਸੋਫਿਆਂ ਦਾ ਰੇਟ 1,95,000, 2,25,000, 2,15,000, ਇੱਦਾਂ ਰੇਟ ਮੰਗੇ ਜਾਂਦੇ ਆ। ਸਰ ਅਸਲ ਲੁੱਟ ਇਸ ਸੋਫੇ ਦੇ ਵਿੱਚ ਹੁੰਦੀ ਆ, ਪਰ ਇਹਦਾ ਮੈਨੂੰ ਥੋੜ੍ਹਾ ਦੱਸੋ ਵੀ ਬਾਜ਼ਾਰ ਨਾਲੋਂ ਕਿੰਨਾ ਕੁ ਗੈਪ ਕੱਢਦੇ ਨੇ ਇਹਦੇ ਵਿੱਚੋਂ? ਐਂ ਜੀ, ਆਮ ਤਾਂ ਸੋਫਾ 2,50,000 ਰੁਪਏ ਦਾ ਵਿਕਦਾ। ਹਾਂਜੀ, ਆਪਾਂ ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ, ਪੇਜ ਨੂੰ ਕਮੈਂਟ ਕਰਕੇ ਆਊਗਾ ਜੀ, ਉਹਨੂੰ ਆਪਾਂ 2,50,000 ਦੇ ਦਾਂ, ਸਿਰਫ 1,00,000 ਰੁਪਏ ਦੇ ਵਿੱਚ 1,00,000 ਰੁਪਏ ਦੇ ਦਾਂਗੇ। ਆਹ ਹੁਣ ਤੁਸੀਂ ਦੇਖੋ, 1,50,000 ਰੁਪਇਆ ਬਾਜ਼ਾਰ ਨਾਲੋਂ ਸਸਤਾ ਸੋਫਾ, 1,50,000 ਤੁਸੀਂ ਵੱਡੇ ਵੱਡੇ ਸ਼ੋਰੂਮ ਵਾਲੇ ਦੇ ਵਿੱਚ। ਤੁਹਾਨੂੰ ਇੱਕ ਤੁਹਾਡੇ ਹੋਰ ਆਫਰ ਦੇ ਦਿੰਦੇ ਹਾਂ ਜੀ। ਮੰਨ ਲਓ ਕਿਸੇ ਗਾਹਕ ਨੇ ਸੋਫਾ ਖਰੀਦਣਾ ਹੈ, ਅਗਲਾ ਕਹਿੰਦਾ ਜੀ ਮੇਰੀ ਕੋਠੀ ਦਾ ਕੰਮ ਚੱਲਦਾ ਹੈਗਾ, ਮੈਨੂੰ 6 ਮਹੀਨੇ ਨੂੰ ਲੋੜ ਹੈ, ਮੈਨੂੰ ਸਾਲ ਨੂੰ ਲੋੜ ਹੈ। ਅਗਲਾ ਆਪਾਂ ਨੂੰ ਜਿਵੇਂ ਕਿਸ਼ਤਾਂ ਸੋਫਾ ਲੈਣਾ, ਜਿਵੇਂ ਕਿੱਟੀ ਕਹਿੰਦੇ ਆਪਾਂ ਜੀ, ਕੋਈ 1,000 ਰੁਪਇਆ ਦੇ ਕੇ ਦੀ ਬੁਕਿੰਗ ਹੋ ਜੂਗੀ ਜੀ। ਅਗਲੇ ਨੇ 2 ਮਹੀਨਿਆਂ ਨੂੰ ਲੈਣਾ, 4 ਮਹੀਨਿਆਂ ਨੂੰ ਲੈਣਾ, 6 ਮਹੀਨਿਆਂ ਨੂੰ ਲੈਣਾ, ਸਾਲ ਨੂੰ ਲੈਣਾਗਾ। ਉਹ ਜਿਵੇਂ ਜਿਵੇਂ ਸਾਨੂੰ ਪੇਮੈਂਟ ਪਾਈ ਜਾਊ, 2,000, 4,000, 5,000 ਰੁਪਇਆ ਕਰਕੇ ਉਹ ਸਕਰੀਨਸ਼ਾਟ ਭੇਜੀ ਜਾਊਗਾ। ਜਿੱਦੇ ਪੇਮੈਂਟ ਪੂਰੀ ਹੋਊ ਉਹਦੇ ਆਪਦੇ ਘਰੇ ਸਮਾਨ ਭੇਜਦਾ। ਸਰ ਇੱਦਾਂ ਤਾਂ ਨਾ ਹੋਊਗੀ ਵੀ ਜਿਵੇਂ 2 ਮਹੀਨੇ ਬੀਤ ਗਏ, 4 ਮਹੀਨੇ ਬੀਤ ਗਏ, ਪ੍ਰਾਈਸ ਇਹਦੇ ਵਧੀ ਜਾਂਦੇ? ਤੁਸੀਂ ਜੋ ਗਾਹਕ ਦੀ ਬੁਕਿੰਗ ਹੋਊਗੀ ਉਹੀ ਰੇਟ ਲੱਗੂਗਾ ਜੀ। ਜਿਹੜਾ ਮਰਜ਼ੀ ਸਮਾਨ, ਜਿਹੜਾ ਮਰਜ਼ੀ ਸਮਾਨ ਲੈ ਲਓ, ਚਾਹੇ ਆਪਾਂ 46,000 ਵਾਲਾ ਪੈਕੇਜ ਲੈ ਲਓ, ਚਾਹੇ 70,000 ਵਾਲਾ ਪੈਕੇਜ ਲੈ ਲਓ, ਚਾਹੇ ਆਪਾਂ ਸੋਫਾ ਲੈ ਲਓ, ਚਾਹੇ ਡਾਇਨਿੰਗ ਟੇਬਲ ਲੈ ਲਓ, ਜੋ ਤੁਹਾਨੂੰ ਅੱਜ ਰੇਟ ਕਰਕੇ ਤੁਹਾਨੂੰ ਪਰਚੀ ਪਾ ਦਿੱਤੀ, ਤੁਹਾਨੂੰ ਉਹੀ ਰੇਟ ਮਿਲਣਾ ਹੈਗਾ। ਤੁਸੀਂ 1,000, 1,000, 2,000, 5,000 ਕਰਕੇ ਪੇਮੈਂਟ ਪਾਈ ਜਾਓ, ਜਿੱਦੇ ਤੁਹਾਡੀ ਪੇਮੈਂਟ ਪੂਰੀ ਹੋਊਗੀ ਉਦੋਂ ਤੁਹਾਨੂੰ ਸਮਾਨ ਲਓ। ਇਹ ਵੀ ਪੰਜਾਬ ਦੀ ਸਭ ਤੋਂ ਪਹਿਲੀ ਤੇ ਸਭ ਤੋਂ ਚੰਗੀ ਲੋਕਾਂ ਦੀ ਫਰੈਂਡਲੀ ਪਾਕਟ ਸਕੀਮ ਮਹਾਰਾਜਾ ਫਰਨੀਚਰ ਨੇ ਦੇ ਦਿੱਤੀ ਆ। ਤੁਸੀਂ ਆਪਣੀ ਲੜਕੀ ਦੇ ਲਈ ਗਿਫਟ ਦੇਣਾ ਵਿਆਹ ਸ਼ਾਦੀ ਦੇ ਵਿੱਚ, ਤੁਸੀਂ ਆਪਣੇ ਘਰ ਦੇ ਲਈ ਫਰਨੀਚਰ ਲੈਣਾ, ਮੰਨ ਲਓ ਤੁਸੀਂ 50,000 ਦਾ ਫਰਨੀਚਰ ਲੈਣਾ, ਤੁਸੀਂ ਆ ਕੇ ਫਰਨੀਚਰ ਪਸੰਦ ਕਰ ਲਓ, ਉਹਦੀਆਂ ਫੋਟੋਆਂ ਖਿੱਚ ਲਓ, ਸਿਰਫ 1,000 ਰੁਪਇਆ ਇਹਨਾਂ ਨੂੰ ਦੇ ਜਾਓ। 1,000 ਦੇਣ ਤੋਂ ਬਾਅਦ ਤੁਸੀਂ ਹੌਲੀ ਹੌਲੀ 2,000 ਦੇ ਤਾ, 5,000, 10,000 ਦੇ ਤਾ, ਜਦੋਂ ਤੁਹਾਡੇ ਪੈਸੇ ਪੂਰੇ ਹੋ ਗਏ ਤੁਸੀਂ ਫਰਨੀਚਰ ਲੈ ਦਿਓ। ਰੇਟ ਤੁਹਾਨੂੰ ਉਹੀ ਲੱਗੂਗਾ ਜਿਹੜੇ ਦਿਨ ਦਾ ਤੁਸੀਂ ਪਸੰਦ ਕੀਤਾ ਹੋਊਗਾ। ਆ ਡਾਇਨਿੰਗ ਟੇਬਲ ਚੈੱਕ ਕਰ ਲਓ, 80,000 ਰੁਪਇਆ, 1,25,000 ਰੁਪਇਆ, 1,50,000 ਰੁਪਇਆ, ਇਹ ਉਹ ਡਾਇਨਿੰਗ ਟੇਬਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪਰ ਆਮ ਘਰਾਂ ਦੇ ਵਿੱਚ, ਆਮ ਪਿੰਡਾਂ ਦੇ ਵਿੱਚ ਮਹਾਰਾਜਾ ਫਰਨੀਚਰ ਸਟੋਰ ਨੇ ਇਹ ਡਾਇਨਿੰਗ ਟੇਬਲ ਲਿਆ ਕੇ ਰੱਖਤੇ ਕੌਡੀਆਂ ਦੇ ਭਾਅ, ਬਾਜ਼ਾਰ ਨਾਲੋਂ 3-3 ਗੁਣਾ ਰੇਟ ਘੱਟ ਕਰਦੇ ਫਰਨੀਚਰ ਦੇ। ਤੁਸੀਂ ਇੱਧਰ ਬੈੱਡ ਵੀ ਦੇਖ ਲਓ, ਬੈੱਡਾਂ ਦੇ ਵਿੱਚ ਵੀ ਦੇਖੋ, ਤੁਸੀਂ ਵਾਈਟ ਐਂਡ ਬਰਾਊਨ ਕੰਬੀਨੇਸ਼ਨ ਲੈ ਰਹੇ ਹੋ, ਆਹ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ, ਇਹਦੇ ਅੰਦਰ ਵੀ ਦੇਖੋ ਬੜੀ ਸਫਾਈ ਆ, ਕਲਰ ਕੀਤੇ ਹੋਏ ਆ। ਸੋ ਆਹ ਵੀ ਤੁਸੀਂ ਬੈੱਡ ਚੈੱਕ ਕਰ ਲਓ, ਇਹਨਾਂ ਦੇ ਵਿੱਚ ਤੁਸੀਂ ਸੈਟੀਆਂ ਲੱਗੀਆਂ ਹੋਈਆਂ ਆ ਮੋਬਾਈਲ ਚਾਰਜਿੰਗ ਦੇ ਲਈ ਆ। ਸਰ ਮੈਂ ਇਹ ਦੇਖ ਰਿਹਾ ਫੰਕਸ਼ਨ ਬੜੇ ਦਿੱਤੇ ਆ ਤੁਸੀਂ ਬੈੱਡ ਦੇ ਵਿੱਚ। ਫੰਕਸ਼ਨ ਤਾਂ ਜੀ ਅੱਜ ਕੱਲ੍ਹ ਜ਼ਮਾਨਾ ਹੈ, ਮੋਬਾਈਲ ਦਾ ਜ਼ਮਾਨਾ ਹੈ, ਸਾਰਿਆਂ ਨੇ ਚਾਰਜ ਕਰਨਾ, ਮੋਬਾਈਲ ਹੋਰ ਕਰਨਾ ਹੈਗਾ, ਹਰੇਕ ਚੀਜ਼ ਦੀ ਲੋੜ ਹੈ ਜੀ। ਆਹ ਵੀ ਬੜਾ ਸੋਹਣਾ ਸੋਫਾ ਦੇਖੋ, ਇਹਦੇ ਪਿੱਛੇ ਕਿੰਨਾ ਸੋਹਣਾ ਕੰਮ ਹੋਇਆ। ਮੈਂ ਇਸ ਗੱਲ ਨੂੰ ਦੇਖ ਕੇ ਹੈਰਾਨ ਹਾਂ ਵੀ ਕਈ ਦੁਕਾਨਦਾਰ ਨਾ ਆਹ ਲਾਈਟਾਂ ਦੇ ਵਿੱਚ ਵੀ ਪੈਸੇ ਬਚਾ ਜਾਂਦੇ ਆ, ਕੱਪੜੇ 'ਚ ਵੀ ਪੈਸੇ ਬਚਾ ਜਾਂਦੇ ਆ, ਡਿਜ਼ਾਈਨਿੰਗ 'ਚ ਵੀ ਪੈਸੇ ਬਚਾ ਜਾਂਦੇ ਆ, ਆਹ ਜਿਹੜਾ ਤੁਸੀਂ ਰੱਖਿਆ ਇਹ 'ਚ ਵੀ ਬਚਾ ਜਾਂਦੇ, ਪਰ ਤੁਸੀਂ ਕੋਈ ਕਸਰ ਨਹੀਂ ਛੱਡੀ ਵੀ ਤੁਸੀਂ ਕਸਟਮਰ ਨੂੰ ਵਧੀਆ ਚੀਜ਼ ਦਿੱਤੀ। ਚੀਜ਼ ਵਧੀਆ ਬਣਾ ਕੇ ਦਿੱਤੀ ਜੀ, ਟੋਪੋ ਟੋਪ ਚੀਜ਼ ਆ, ਸਾਰੀ ਚੀਜ਼ਾਂ ਲਗਜ਼ਰੀ ਚੀਜ਼ ਬਣਾਉਣੇ ਆ ਜੀ, ਕੋਈ
ਹਰ ਇੱਕ ਤਰ੍ਹਾਂ ਦਾ ਬਜਟ ਆ। ਮੈਨੂੰ ਇਹ ਦੱਸ ਦਿਓ ਸਰ, ਸੋਫਾ ਦਾ 15,000 ਤੋਂ ਸ਼ੁਰੂ ਹੋ ਜਾਂਦਾ, ਬੈੱਡ ਕਿੰਨੇ ਤੋਂ ਸ਼ੁਰੂ ਹੋ ਜਾਂਦਾ? ਬੈੱਡ ਵੀ ਆਪਣਾ 15,000 ਤੋਂ ਸ਼ੁਰੂ ਹੋ ਜਾਂਦਾ ਜੀ। ਉਹ 15,000, 18,000, 20,000, 25,000, ਜਿਹੋ ਜਿਹਾ ਮਰਜ਼ੀ ਬੈੱਡ ਤਿਆਰ ਕਰਾ ਲਓ ਜੀ, ਉਹੋ ਜਿਹੀ ਬਣ ਜੂਗਾ। ਕਾਰਵਿੰਗ ਵਾਲਾ ਬੈੱਡ ਲੈਣਾ ਕਿਸੇ ਨੇ, ਕਿਸੇ ਨੇ ਪਲਾ ਪੋਲਿਸ਼ ਵਾਲਾ ਲੈਣਾ, ਕਿਸੇ ਨੇ ਕਢਾਈ ਵਾਲਾ ਲੈਣਾ, ਕਿਸੇ ਨੇ ਸਰਮੈਕਿਆ ਲੈਣਾ, ਜਿਹੋ ਜਿਹਾ ਮਰਜ਼ੀ ਬੈੱਡ ਲੈ ਲਓ, ਉਹੀ ਬੈੱਡ ਮਿਲ, ਜੋ ਦਿਮਾਗ 'ਚ ਸੋਚ ਕੇ ਆਊਗਾ ਉਹ ਚੀਜ਼ ਇੱਥੋਂ ਮਿਲ ਜੂਗੀ। ਹਾਂਜੀ ਹਾਂਜੀ, ਚਲੋ ਸਾਨੂੰ ਸੋਫੇ ਬਣਦੇ ਦਿਖਾਉਣੇ, ਉੱਪਰ ਚੌਕੇ ਚੱਲਦੇ ਆਪਾਂ। ਹੁਣ ਆਪਾਂ 4th ਮੰਜ਼ਿਲ 'ਤੇ ਚੱਲਦੇ ਹਾਂ, ਕਿਉਂਕਿ ਇਹ ਫੈਕਟਰੀ ਵੀ ਹੈਗੀ ਆ, ਇਹ ਸ਼ੋਰੂਮ ਵੀ ਆ, ਇਹ ਜਿੰਨਾ ਵੀ ਸਮਾਨ ਆ ਇੱਥੇ ਸਾਰਾ ਬਣ ਰਿਹਾ ਆ। ਜੋ ਤੁਸੀਂ ਆਪਣੇ ਘਰਾਂ 'ਚ ਬਣਾਉਂਦੇ ਹੋ ਉਦੋਂ ਜ਼ਿਆਦਾ ਮਜ਼ਬੂਤੀ ਹੁੰਦੀ ਆ, ਅਤੇ ਰੇਟ ਤਾਂ ਬਾਜ਼ਾਰ ਨਾਲੋਂ ਤੁਸੀਂ ਸੁਣ ਲਿਆ ਵੀ 3-3 ਗੁਣਾ ਘੱਟ ਆ। ਹੁਣ ਆਪਾਂ 4th ਮੰਜ਼ਿਲ 'ਤੇ ਚੱਲਦੇ ਹਾਂ ਅਤੇ ਦੇਖਦੇ ਹਾਂ ਉੱਪਰ ਜਾ ਕੇ ਵੀ ਕਾਰੀਗਰ ਕਿਸ ਤਰੀਕੇ ਨਾਲ ਇੱਥੇ ਕੰਮ ਕਰਦੇ ਆ। ਚਲੋ ਜੀ, ਹੁਣ ਆਪਾਂ 4th ਮੰਜ਼ਿਲ 'ਤੇ ਪਹੁੰਚ ਗਏ। ਤੁਸੀਂ ਆਹ ਦੇਖ ਲਓ ਸਾਰਾ ਸਮਾਨ ਇੱਥੇ ਮੈਨੂਫੈਕਚਰਿੰਗ ਹੋ ਰਹੀ ਆ। ਆਹ ਤੁਸੀਂ ਚੈੱਕ ਕਰੋ, ਸੋਫੇ ਦਾ ਕੱਪੜਾ ਹੈਗਾ, ਇਹ ਬੈੱਡ ਦਾ ਕੱਪੜਾ ਵੀ ਆ, ਹਰ ਕੱਪੜਾ ਕੁੱਪੜਾ ਇੱਥੇ ਲਿਆ ਕੇ ਰੱਖਿਆ ਹੋਇਆ ਆ। ਉੱਧਰ ਦੇਖੋ ਤੁਸੀਂ ਸਾਰੇ ਕਾਰੀਗਰ ਲੱਗੇ ਹੋਏ ਆ। ਸਰ ਮੈਨੂੰ ਇਹ ਦੱਸੋ ਵੀ ਇੱਥੇ ਜਿਹੜਾ ਸਮਾਨ ਯੂਜ਼ ਕਰਦੇ ਹੋ, ਚਾਹੇ ਗੱਦੀ ਆ ਚਾਹੇ ਕੱਪੜਾ ਆ, ਕਿਹੜੀ ਕੈਟਾਗਰੀ ਦਾ ਯੂਜ਼ ਕਰਦੇ ਹੋ? ਆਪਾਂ ਜਿਹੜੀ ਫੋਮ ਵਰਤਦੇ ਹਾਂ ਜੀ, 40 ਸੁਪਰ ਦੀ ਫੋਮ ਪਾਉਣੇ ਹੈਗੇ। ਹਾਂਜੀ, ਆ ਦੇਖੋ ਇਸ ਤਰ੍ਹਾਂ ਦੀ ਫੋਮ ਪਾਉਣੇ ਹੈਗੇ ਜੀ। ਇਹਦੀ ਕੰਪਨੀ ਆਪਾਂ ਨੂੰ 20 ਸਾਲ ਦੀ ਗਰੰਟੀ ਦਿੰਦੀ ਹੈ ਜੀ। ਆਪਾਂ ਗਾਹਕ ਨੂੰ ਰਿਟਰਨ ਦੇ ਵਿੱਚ 5 ਸਾਲ ਦੀ ਗਰੰਟੀ ਦਿੰਦੇ ਹਾਂ। ਹਾਂਜੀ, ਜੇ ਕੋਈ ਦਿੱਕਤ ਆ ਜੇ 5 ਸਾਲ ਦੇ ਵਿੱਚ ਆਪਣੀ ਗਰੰਟੀ ਹੋਈ, ਆ ਦੇਖੋ ਬਕਾਇਦਾ ਲਿਖਾ ਹੋ ਕੰਪਨੀ ਦਾ 40 ਟੈਂਸ ਜੀ। ਆ ਦੇਖੋ ਤੁਹਾਨੂੰ ਨਾ ਅਸੀਂ ਇਸ ਇਹ ਚੀਜ਼ ਤਾਂ ਦਿਖਾ ਰਹੇ ਹਾਂ, ਇਹ ਬਾਜ਼ਾਰਾਂ 'ਚੋਂ ਖਰੀਦ ਕੇ ਕੋਈ ਕੂੜਾ ਨਹੀਂ ਅਸੀਂ ਤੁਹਾਨੂੰ ਵੇਚੀ ਜਾਂਦੇ, ਅਸੀਂ ਸਾਰਾ ਸਮਾਨ ਆਪ ਬਣਾ ਰਹੇ ਹਾਂ। ਇੱਥੇ ਉੱਪਰ 4th ਮੰਜ਼ਿਲ ਉੱਤੇ ਸੋਫੇ ਬਣ ਰਹੇ ਆ, ਬੈੱਡ ਬਣ ਰਹੇ ਆ, ਦੇਖੋ ਲੱਕੜ ਵੀ ਬਹੁਤ ਚੰਗੀ ਯੂਜ਼ ਕਰ ਰਹੇ ਹਾਂ, ਗੱਦੀ ਵੀ ਬੜੀ ਚੰਗੀ ਯੂਜ਼ ਕਰ ਰਹੇ ਹਾਂ, ਹਰ ਇੱਕ ਚੀਜ਼ ਦੇ ਵਿੱਚ ਨੰਬਰ 1 ਹੈਗੇ ਆ। ਇਸ ਕਰਕੇ ਜਿਹੜੇ ਸਾਡੇ ਸੋਫੇ ਆ ਚਾਹੇ ਬੈੱਡ ਆ, ਇਹ 20-20 ਸਾਲ ਹੰਢਣ ਸਾਰ ਆ। ਅਸੀਂ ਐਵੇਂ ਨਹੀਂ ਕਹਿ ਰਹੇ ਵੀ ਤੁਹਾਡੇ ਘਰ ਬਣ ਰਹੇ ਆ, ਪੀ ਜੀ ਬਣ ਰਹੇ ਆ, ਪੈਲਸ ਬਣ ਰਹੇ ਆ, ਰੈਸਟੋਰੈਂਟ ਬਣ ਰਹੇ ਆ, ਵੀ ਤੁਸੀਂ ਸਾਡੇ ਕੋਲ ਆਓ, ਸਾਨੂੰ ਆਰਡਰ ਦੇ ਦਿਓ, ਅਸੀਂ ਤੁਹਾਡੇ ਆਰਡਰ ਦੇ ਉੱਤੇ ਸੇਮ ਡਿਜ਼ਾਈਨ ਸੇਮ ਕਨਸੈਪਟ ਤਿਆਰ ਕਰਕੇ ਦੇਵਾਂਗੇ, ਅਤੇ ਜਿਹੜੇ ਤੁਹਾਡੇ ਪੈਸੇ ਆ ਉਹ ਵੀ ਤੁਹਾਡੇ ਬਚ ਜਾਣੇ ਆ। ਆਹ ਸਾਰਾ ਤੁਸੀਂ ਦੇਖ ਰਹੇ ਹੋ ਸਰ, ਇੱਥੇ ਸਾਰੀ ਤਿਆਰੀ ਹੋ ਰਹੀ ਆ। ਹਾਂਜੀ ਹਾਂਜੀ ਹਾਂਜੀ, ਇੱਥੇ ਆਪਣੀ ਤਿਆਰੀ ਹੋ ਰਹੀ ਹੈ ਜੀ। ਇਹ ਆਪਣੇ ਕਾਰੀਗਰ ਨੇ ਜੀ, ਮਾਸਟਰ ਮੇਨ ਜਿਹੜੇ ਮੇਨ ਡੀਲ ਕਰਦੇ ਨੇਗੇ। ਤੁਸੀਂ ਦੇਖ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਕਹੀ ਹੈਗੀ ਸੇਮ ਉਹੀ ਚੀਜ਼ ਨਿਕਲੂਗੀ। ਦੇਖੋ ਪੈਕਿੰਗ ਦੇ ਕੇ ਸਾਰੀ ਫੋਮ ਹੋ। ਹਾਂਜੀ, ਸਪਰਿੰਗ ਵੀ ਜਿਗ ਜਿਗ ਕੰਪਨੀ ਦਾ ਸਪਰਿੰਗ ਹੈਗਾ, ਨਮਾਰ ਪਾ ਕੇ ਐਨ ਪੂਰਾ ਵਧੀਆ ਏ ਕਲਾਸ ਚੀਜ਼ ਬਣਾ ਕੇ ਦਿੰਦੇ ਆ ਜੀ। ਜੀ, ਆ ਦੇਖੋ ਗੱਦੀ ਬਣੀ ਆ, ਤੁਸੀਂ ਦੇਖੋ ਵੀ ਉੱਪਰ ਵੀ ਸਫਾਈ ਦੇਖੋ ਕਿੰਨੀ ਜ਼ਿਆਦਾ ਹੈਗੀ ਆ, ਇਹ ਵੀ ਦੇਖੋ ਵੀ ਕੱਪੜਾ ਇਹਦੇ ਤੇ ਬਹੁਤ ਸੋਹਣਾ ਆ। ਸਰ ਜਿਹਨੇ ਆਰਡਰ ਦੇਣਾ ਹੈ ਆਪਣੀ ਮਨਪਸੰਦ ਹੈ ਰੰਗ ਕੱਪੜਾ ਚੂਜ਼ ਜਿਵੇਂ ਮਰਜ਼ੀ ਕਰਾ ਲਈ, ਜਿਹੋ ਜਿਹਾ ਰੰਗ ਕਹੂਗਾ, ਜਿਹੋ ਜਿਹਾ ਡਿਜ਼ਾਇਨ ਕਹੂਗਾ, ਉਹ ਜੀ ਬਣ ਜੂਗਾ। ਦੇਖੋ ਗੱਦੀ ਤਿਆਰ ਹੋਈ ਜਾਂਦੀ ਹੈ ਤੁਹਾਡੇ ਸਾਹਮਣੇ ਜੀ, ਆ ਬਣ ਰਿਹਾ। ਦੇਖੋ ਜਿਹੜੀ ਤੁਹਾਨੂੰ ਸੀਟ ਦਿਖਾਈ ਹੈ 40 ਟੈਂਸੀ, ਉਹੀ ਸੀਟ ਪਈ ਜੀ। 4 ਇੰਚੀ ਗੱਦਾ ਹੈਗਾ, 40 ਟੈਂਸੀ ਦਾ ਗੱਦਾ ਹੈਗਾ, 20 ਸਾਲ ਨਹੀਂ ਖਰਾਬ ਹੁੰਦਾ ਜੀ। ਸਵਾਹ ਤੁਸੀਂ ਦੇਖੋ ਸਾਰਾ ਕੁਛ ਬਣ ਰਿਹਾ ਹੈਗਾ, ਇੱਧਰ ਵੀ ਤੁਸੀਂ ਦੇਖੋ ਉੱਧਰ ਬਾਈ ਜੀ ਬਣਾ ਰਿਹਾ। ਆਪਾਂ ਇਹਨਾਂ ਦਾ ਵੀ ਗੱਲ ਸ਼ੁਰੂ ਕਰਾਂਗੇ ਬਾਈ ਜੀ, 1 ਮਿੰਟ ਰੁਕੋ ਜੀ ਰੁਕੋ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਅਕਿਵ ਹੈ। ਅੱਛਾ, ਮੈਨੂੰ ਇਹ ਦੱਸੋ ਵੀ ਕਿੰਨੀ ਕੁ ਸਫਾਈ ਦਾ ਧਿਆਨ ਰੱਖਿਆ ਜਾਂਦਾ ਜਦ ਤੁਸੀਂ ਸੋਫੇ ਬਣਾਉਂਦੇ ਹੋ, ਕੀ ਯੂਜ਼ ਕਰਦੇ ਹੋ? ਸਾਰਾ ਕੁਝ ਕੁਆਲਿਟੀ ਕੇ ਲੱਗਤਾ ਹੈ, ਫਾਮੇ ਜਾਂ ਗੱਦੀ ਜਾਂ ਕੱਪੜੇ ਜਾਂ ਧਾਗੇ, ਸਾਰਾ ਕੁਝ ਆ ਕੁਆਲਿਟੀ ਕੇ ਲੱਗਤੇ ਹੈ। ਮੈਨੇ ਕਈ ਕੰਪਨੀਓਂ ਮੇਂ ਕਾਮ ਕੀਆ, ਫੈਕਟਰੀ ਮੇਂ ਵਹਾਂ ਲੋ ਕੁਆਲਿਟੀ ਮੇਂ ਲੱਗਤੇ ਫਾਮ ਹੈ, 32 ਇੰਚੀ ਗੱਦੀ ਲੱਗ ਜਾਤੀ, ਯਹਾਂ 40 ਇੰਚੀ ਕੀ ਗੱਦੀ ਲੱਗਤੀ ਹੈ, ਬੜੀਆ ਸੇ ਫਾਮ ਲੱਗਤੇ ਹੈ, ਯਹਾਂ ਸਾਰਾ ਕੁਝ ਕੁਆਲਿਟੀ ਵਾਲਾ ਲੱਗਤਾ ਹੈ। ਬਹੁਤ ਸਾਰੀ ਜਗ੍ਹਾ ਗਏ ਆ ਵੀ ਇਹ ਚੀਜ਼ਾਂ ਨਹੀਂ ਦੇਖੀਆਂ ਗਈਆਂ, ਤੁਸੀਂ ਕਹਿੰਦੇ ਹੋ ਵੀ ਪਹਿਲਾਂ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਆਪਾਂ ਕਰਨਾ, ਹੈ ਨਾ? ਤੇ ਪਤਾ ਕਿ ਜੋ 10-10 ਸਾਲ ਦੀਆਂ ਗਰੰਟੀਆਂ ਦੇਣੀਆਂ ਨੇ ਜੀ, ਫਿਰ ਜੇ ਆਪਾਂ ਕੁਆਲਿਟੀ ਮਾਰੀ ਦੇਵਾਂਗੇ, ਕੱਲੂ ਗਾਹਕ ਕਿਵੇਂ ਆਊਗਾ? ਜੇ ਇੱਕ ਗਾਹਕ ਨੂੰ ਆਪਾਂ ਚੰਗੀ ਚੀਜ਼ ਦਿੰਦੇ ਹਾਂ, ਇੱਕ ਗਾਹਾਂ 4 ਨੂੰ ਭੇਜ ਦੇਗਾ, ਜੇ 4 ਨੂੰ ਚੰਗੀ ਚੀਜ਼ ਦਿੰਦੇ ਫਿਰ 40 ਭੇਜ ਹੈ, ਜੇ ਆਪਾਂ 1 ਨੂੰ ਮਾੜੀ ਦੇ ਦਾਂਗੇ ਫਿਰ ਆਪਾਂ 40 ਦੀ ਕੀ ਆਸ ਰੱਖਾਂਗੇ ਜੀ? ਜੀ, ਇਸ ਕਰਕੇ ਆਪਾਂ ਨੂੰ ਪਹਿਲੀ ਸਿਸਟਮ ਬਣਾ ਕੇ ਚੱਲਣਾ ਪਊਗਾ ਵੀ ਚੰਗੀ ਚੀਜ਼ ਜਾਊਗੀ, ਤਾਂ ਆਪਾਂ ਗਾਹਕ ਤੋਂ ਵਧੀਆ ਚੀਜ਼ ਦੇ ਆਸ ਰੱਖਦੇ ਹਾਂਗੇ, ਜੇ ਤਾਂ ਗਾਹਕ ਦੀ ਆਸ ਰੱਖਾਂਗੇ ਤਾਂ ਇੰਨਾ ਰਸ਼ ਹੋਊਗਾ,
ਜੇ ਆਪਣੀ ਚੀਜ਼ ਵਧੀਆ ਹੋ ਲਓ ਜੀ। ਅੱਜ ਅਸੀਂ ਪਹੁੰਚੇ ਸੀਗੇ ਪੰਜਾਬ ਦੇ ਸਭ ਤੋਂ ਵੱਡੇ ਫਰਨੀਚਰ ਐਂਡ ਇਲੈਕਟ੍ਰੋਨਿਕ ਸਟੋਰ ਮਹਾਰਾਜਾ ਫਰਨੀਚਰ ਰਾਏਕੋਟ, ਜਿੱਥੇ ਬਹੁਤ ਸੋਹਣਾ ਤੁਹਾਨੂੰ ਸਮਾਨ ਦਿਖਾਇਆ। ਇਹ ਡਾਇਰੈਕਟ ਫੈਕਟਰੀ ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ। ਡਾਇਰੈਕਟ ਫੈਕਟਰੀ 'ਚ ਬੈੱਡ, ਸੋਫੇ, ਡਾਇਨਿੰਗ ਟੇਬਲ ਬਣ ਰਹੇ ਆ, ਮਜ਼ਬੂਤੀ ਦਾ ਸਮਾਨ ਬਣ ਰਿਹਾ, ਤੁਹਾਡੇ ਘਰਾਂ ਤੱਕ ਜਾ ਰਹੇ ਹਾਂ। ਵੱਡਾ ਫਾਇਦਾ ਤੁਹਾਨੂੰ ਕੀ ਹੋ ਰਿਹਾ, ਚਾਹੇ ਪੁਰਾਣਾ ਤੁਸੀਂ ਟੀਵੀ ਲਿਆਓ, ਚਾਹੇ ਤੁਸੀਂ ਫਰਿੱਜ ਲਿਆਓ, ਚਾਹੇ ਤੁਸੀਂ ਵਾਸ਼ਿੰਗ ਮਸ਼ੀਨ ਲਿਆਓ, ਕੂਲਰ ਲਿਆਓ, ਏਸੀ ਲਿਆਓ, ਭਾਵੇਂ ਤੁਸੀਂ ਬੈੱਡ ਲਿਆਓ, ਸੋਫੇ ਲਿਆਓ, ਅਲਮਾਰੀਆਂ ਲਿਆਓ, ਐਲਈਡੀ ਪੈਨਲ, ਜਿਹੜਾ ਵੀ ਪੁਰਾਣਾ ਸਮਾਨ ਘਰ ਦੇ ਵਿੱਚ ਪਿਆ ਲਿਆਓ। ਇੱਕ ਬਦਲੇ 5,000 ਰੁਪਏ ਦਾ ਸਮਾਨ ਕੱਟ ਕੇ ਤੁਸੀਂ ਇੱਕ ਚੀਜ਼ ਲੈ ਜਾਓ, ਮਤਲਬ ਇੱਕ ਤੁਸੀਂ ਬੈੱਡ ਲੈ ਕੇ ਆਉਂਦੇ ਆ, 5,000 ਚ ਕਟਾ ਕੇ ਨਵਾਂ ਬੈੱਡ ਤੁਸੀਂ ਲੈ ਜਾਓ। ਇਹ ਸਾਰੀਆਂ ਆਫਰਾਂ ਤੁਹਾਨੂੰ ਅਸੀਂ ਦੇ ਰਹੇ ਹਾਂ, ਇਹ ਆਫਰਾਂ ਬਹੁਤ ਸੀਮਤ ਸਮੇਂ ਲਈ ਆ। ਛੇਦੀ ਛੇਦੀ ਪਹੁੰਚ ਜਾਓ। ਆਉਣਾ ਕਿੱਥੇ ਤੁਸੀਂ? ਰਾਏਕੋਟ ਆਉਣਾ। ਸਰ ਮੈਂ ਜਿਹੜਾ ਥੋੜ੍ਹਾ ਜਿਹਾ ਐਡਰੈਸ ਸੌਖਾ ਜੀ ਭਾਸ਼ਾ ਚ ਜ਼ਰੂਰ ਦੱਸ। ਐਡਰੈਸ ਮੈਂ ਦੱਸਦਾ, ਇੱਕ ਤਾਂ ਵੀਰ ਜੀ ਕੰਪਲੇਂਟ ਗਾਹਕ ਦੀ ਕੀ ਹੁੰਦੀ ਹੈ, ਫੋਨ ਨਹੀਂ ਚੱਕੇ ਜਾਂਦੇ, ਫੋਨ ਬਹੁਤ ਆਉਂਦੇ ਨੇ ਜੀ, ਇਸ ਗੱਲ ਲਈ ਮਾਫੀ ਚਾਹੁੰਦੇ। ਅਸੀਂ ਨੰਬਰ ਵੀ ਬਹੁਤ ਦੇਵਾਂਗੇ ਤੁਹਾਨੂੰ, ਵੱਧ ਤੋਂ ਵੱਧ ਗਾਹਕ ਦੇ ਫੋਨ ਚੱਕੀ ਅਸੀਂ ਗੱਲ। ਜੇ ਮੰਨ ਲਓ ਨਹੀਂ ਆਉਂਦਾ ਤਾਂ ਗਾਹਕ ਮੈਸੇਜ ਕਰ ਸਕਦਾ ਹੈਗਾ, ਉਹਦਾ 10-20 ਮਿੰਟ 1 ਘੰਟੇ ਉਹਦਾ ਜਵਾਬ ਜ਼ਰੂਰ ਮਿਲੂਗਾ ਜੀ, ਪਹਿਲੀ ਗੱਲ। ਦੂਜੀ ਗੱਲ, ਜਿਵੇਂ ਆਪਾਂ ਪੁਰਾਣੇ ਵੱਟੇ ਨਵਾਂ ਕਰ ਦਿਆਂਗੇ, ਪੁਰਾਣੇ ਵੱਟੇ ਨਵਾਂ ਹੋਊਗਾ, ਜਿਵੇਂ ਮੰਨ ਲਓ ਫਰਿੱਜ ਵੱਟੇ ਫਰਿੱਜ ਲੈਣਾ, ਕਿਸੇ ਕੂਲਰ ਵੱਟੇ ਕੂਲਰ ਲੈਣਾ, ਕੋਈ ਚੀਜ਼ ਦੇ ਕੇ ਕੋਈ ਚੀਜ਼ ਲੈਣੀ, ਇੱਕ ਚੁੱਕ ਚੀਜ਼ ਕੱਟੀ ਜਾਊਗੀ ਜੀ। ਜਿਹੜੀਆਂ ਚੀਜ਼ਾਂ ਜਿਵੇਂ ਆਪਣੀ ਆਫਰ ਹੈ, ਜਿਵੇਂ 46,000 ਦਾ ਪੈਕੇਜ ਹੈ ਜਾਂ 70,000 ਰੁਪਏ ਦਾ ਪੈਕੇਜ ਹੈਗਾ, ਇਹਨਾਂ ਦੀ ਪੂਰੀ ਪੰਜਾਬ 'ਚ ਡਿਲੀਵਰੀ ਫ੍ਰੀ ਹੋਊਗੀ। ਇਹਦੇ 'ਤੇ ਜਾਣੀ ਕਿ ਜੋ ਕੋਈ ਚੀਜ਼ ਪੁਰਾਣੀ ਨਹੀਂ ਕੱਟੀ ਜਾਣੀ, ਪੂਰੇ ਪੰਜਾਬ ਜਿੱਥੋਂ ਮਰਜ਼ੀ ਹੋਮ ਡਿਲੀਵਰੀ ਫ੍ਰੀ ਹੋਊਗੀ। ਹਾਂਜੀ ਹਾਂ, ਜਿਹੜੇ ਚੀਜ਼ਾਂ ਆਪਾਂ ਆਫਰ ਦੇਵਾਂਗੇ, ਜਿਵੇਂ ਸੋਫੇ 'ਤੇ ਆਫਰ ਦੇਵਾਂਗੇ ਜਾਂ ਐਲ ਈ ਡੀ ਦੇ ਆਪਾਂ ਆਫਰ ਦੇਵਾਂਗੇ, ਜਿਹੜੀ ਚੀਜ਼ ਐਕਸਟਰਾ ਆਫਰ ਹੋਊਗੀ, ਰੇਟ ਜੋ 70-75 ਆਊਗਾ ਰੇਟ ਘਟਾ ਕੇ ਪਾਵਾਂਗੇ, ਉਹ 'ਚ ਪੁਰਾਣੀ ਚੀਜ਼ ਨਹੀਂ ਕੱਟੀ ਜੀ। ਅਤੇ ਨੰਬਰ ਸਾਡੀ ਸਕਰੀਨ 'ਤੇ, ਤੁਸੀਂ ਇਸ ਗੱਲ ਲਈ ਫੋਨ ਨਾ ਕਰਿਆ ਕਰੋ ਵੀ ਕੀ ਸੱਚ ਆ, ਕੀ ਤੁਸੀਂ ਸੱਚੀ ਦੇ ਦੂੰਗੇ, ਕੀ ਵੀਡੀਓ ਸਹੀ ਆ, ਜੋ ਅਸੀਂ ਕਹਿ ਰਹੇ ਸਾਰਾ ਕੁਝ ਸਹੀ ਆ। ਤੁਸੀਂ ਚੁੱਪ ਕਰ ਕੇ ਗੱਡੀ ਚੱਕੋ, ਇੱਥੇ ਆ ਜਾਓ, ਸਮਾਨ ਲੈ ਜਾਓ, ਪੈਸੇ ਤੁਹਾਡੇ ਬਚਣੇ ਆ, ਕੁਆਲਿਟੀ ਵਧੀਆ ਤੁਹਾਨੂੰ ਮਿਲਣੀ ਆ, ਫਾਇਦਾ ਤੁਹਾਡਾ ਹੈਗਾ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ, ਸਾਂ ਟੀਵੀ ਰਾਏਕੋਟ।